ਤਾਂ ਗਿੱਦੜਬਾਹਾ ਤੋਂ ਡਿੰਪੀ ਢਿੱਲੋਂ ਨੇ ਬਾਜ਼ੀ ਮਾਰ ਲਈ ਹੈ। ਬੇਸ਼ੱਕ 2 ਰਾਊਂਡ ਬਾਕੀ ਹੈ, ਪਰ ਜਿੱਡੀ ਲੀਡ ਬਣ ਗਈ ਇਸ ਦਾ ਟੁੱਟਣਾ ਮੁਸ਼ਕਲ ਹੈ। ਜਸਪਿੰਦਰ ਮੇਰੇ ਨਾਲ ਹੈ ਮਾਨਸਾ ਤੋਂ। ਜਸਪਿੰਦਰ, ਜਾਣਦੇ ਹੋਵੋਗੇ ਸਾਰੇ ਜਣੇ, ਬਾਈ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ, ਕੀ ਕਹਿਣਾ ਚਾਹੋਗੇ ਅੱਜ ਡਿੰਪੀ ਢਿੱਲੋਂ ਦੀ ਇਸ ਜਿੱਤ? ਵੇਖੋ, ਸਭ ਤੋਂ ਪਹਿਲਾਂ ਤਾਂ ਮੈਂ ਉਸ ਅਕਾਲ ਪੁਰਖ ਦਾ, ਪਰਮਾਤਮਾ ਦਾ ਸ਼ੁਕਰੀਆ ਕਰਦਾ, ਅਤੇ ਨਾਲ ਹੀ ਨਾਲ ਗਿੱਦੜਬਾਹਾ ਵਾਲਿਆਂ ਦਾ, ਜਿਹੜਾ ਨੇ ਇੱਕ ਕਾਂਗਰਸ ਦਾ ਜਿਹੜਾ ਕਹਿੰਦਾ ਸੀ ਮੈਂ ਵਗਦਾ ਦਰਿਆ, ਉਹਨੂੰ ਵੰਨ ਲਾਤਾ, ਅੱਜ ਵੰਨ ਲਾ ਕੇ ਕਹਿਤਾ ਕਿ ਇੱਥੇ ਹੰਕਾਰ ਨਹੀਂ, ਨੀਵਾਂਪਣ ਚੱਲਦਾ ਗਾ, ਕੜਕ ਨਹੀਂ ਮਿਠਾਸ ਚੱਲਦੀ ਆ, ਇਹ ਪੰਜਾਬ ਦਾ ਦਸਤੂਰ ਆ। ਅਤੇ ਅੱਜ ਫੈਸਲਾ ਕੀਤਾ ਗਿੱਦੜਬਾਹਾ ਵਾਲਿਆਂ ਨੇ, ਬਾਈ ਡਿੰਪੀ ਦੇ ਹੱਕ 'ਚ, ਸੱਚੇ ਪਾਤਸ਼ਾਹ ਮਿਹਰ ਕਰੇ, ਚੜ੍ਹਦੀਆਂ ਕਲਾ ਵਾਲਾ ਹੋਊਗਾ, 13 ਸਾਲਾਂ 'ਚ ਉਦੋਂ ਕੁਛ ਹੋਇਆ ਨਹੀਂ ਗਾ, ਹੁਣ ਤੁਸੀਂ ਵੇਖਿਓ ਬਾਈ ਡਿੰਪੀ ਦਾ ਕੰਮ। ਮੈਂ ਹੁਣੇ ਤੁਹਾਡਾ ਇੱਕ ਬਿਆਨ ਦੇਖ ਰਿਹਾ ਸੀ ਕਿਸੇ ਚੈਨਲ 'ਤੇ ਕਿ ਮੈਨੂੰ ਪਤਾ ਨਹੀਂ ਕਿੱਥੋਂ ਪਤਾ ਲੱਗਾ, ਸ਼ਾਇਦ ਪੰਡਿਤ ਨੇ ਕਿਹਾ ਕਿ ਰਾਜਾ ਵੜਿੰਗ ਮੁੱਖ ਮੰਤਰੀ ਤਾਂ ਛੱਡੋ, ਇਸ ਤੋਂ ਬਾਅਦ ਤਾਂ ਜਿੱਤਦਾ ਵੀ ਨਹੀਂ, ਇਹ ਕਿੱਥੋਂ ਪਤਾ ਲੱਗਿਆ ਅਤੇ ਕਿਹਨੇ ਕਿਹਾ? ਬਾਈ ਜੀ, ਗੱਲ ਇਹ ਆ, ਵੇਖੋ ਮੈਂ ਤਾਂ ਅਜੇ ਪੜ੍ਹੇ ਨਹੀਂ ਇਹ ਬਿਆਨ ਤੁਸੀਂ ਜਿਹੜਾ ਦੱਸ ਰਹੇ ਹੋ, ਪਰ ਮੈਨੂੰ ਆਇਆ ਸੀ ਇੱਕ ਦੋ ਮਿੱਤਰਾਂ ਦੇ ਫੋਨ ਕਿ ਬਿਆਨ ਚੱਲ ਰਿਹਾ। ਉਹ ਗੱਲ ਇੱਕ ਸਪੀਚ 'ਚ ਕਿਹਾ ਸੀਗਾ ਇਹਨਾਂ ਨੇ ਕਿ ਮੇਰੇ 32 ਦੰਦ ਨੇ, ਮੇਰਾ ਐਂ ਆ, ਅਤੇ ਮੈਂ ਤਾਂ ਹੁਣ ਕਨਫਰਮ ਆ ਕਿ ਮੁੱਖ ਮੰਤਰੀ ਪੰਜਾਬ, ਅਤੇ ਮੈਂ ਕਹਿੰਦਾ ਸੀਗਾ ਕਿ ਇੰਨੀ ਕੁ ਸਮਝ ਪੰਜਾਬੀਆਂ ਨੂੰ ਹੈਗੀ ਆ, ਉਹ ਜਿਹੜਾ ਕਹਿੰਦਾ ਕਿ ਮੈਂ ਮੁੱਖ ਮੰਤਰੀ, ਉਹਨੂੰ ਤਾਂ ਬਣ ਹੀ ਨਹੀਂ ਦਿੰਦੇ। ਆਪਾਂ ਹੀ ਸਾਰੇ ਵੱਡੇ ਵਿਦਵਾਨ ਆ, ਆਪਾਂ ਨੂੰ ਪਤਾ ਹੀ ਆ, ਆਪਾਂ ਇਸੇ ਕੰਮ 'ਚ ਹੀ ਰਹਿਣੇ ਹੈਗੇ, ਠੀਕ ਹੈ, ਕਿ ਤੁਸੀਂ MLA ਬਣੋ ਪਹਿਲਾਂ, ਫਿਰ ਮੁੱਖ ਮੰਤਰੀ ਦੀ ਸੋਚਾਂਗੇ। ਅਤੇ ਉਹ ਗਿੱਦੜਬਾਹਾ ਨੇ ਕਰਕੇ ਦਿਖਾਤਾ ਬਾਈ ਜੀ, MLA ਤੋਂ ਵੀ ਗਏ ਗਿੱਦੜਬਾਹੇ ਤੋਂ, ਜਿਹੜਿਆਂ ਨੇ ਤਾਜ ਰੱਖਿਆ ਸੀ ਰਾਜੇ ਦੇ ਸਿਰ 'ਤੇ, ਅੱਜ ਉਹਨੇ ਵਾਪਸ ਲੈ ਕੇ ਬਾਈ ਡਿੰਪੀ ਦੇ ਸਿਰ 'ਤੇ ਰੱਖਤਾ। ਸਭ ਤੋਂ ਵੱਡੀ ਗੱਲ ਮੈਂ ਕਹਿਣ ਲੱਗਿਆਂ, ਅਤੇ ਜਦੋਂ ਬਾਈ ਡਿੰਪੀ, ਹਾਰਿਆ ਅਤੇ ਇੱਕ MLA ਤੋਂ ਹਾਰਿਆ, ਅਤੇ ਇਸ ਵਾਰ ਐਸੀ ਮਿਹਰ ਹੋਈ ਅਕਾਲ ਪੁਰਖ ਦੀ, ਸੱਚੇ ਪਾਤਸ਼ਾਹ ਦੀ, ਕਿ ਗਿੱਦੜਬਾਹਿਆਂ ਦੀ ਬਦੌਲਤ, ਠੀਕ ਹੈ, ਅੱਜ ਇੱਕ ਕਾਂਗਰਸ ਪਾਰਟੀ ਦਾ ਪ੍ਰਧਾਨ ਹਰਾਇਆ ਬਾਈ ਨੇ, ਪੂਰੀ ਕਾਂਗਰਸ ਰੋੜਤੀ। ਕਾਂਗਰਸ ਜਿਹੜਾ ਕਹਿੰਦਾ ਸੀ ਵੀ ਮੈਂ ਕਾਂਗਰਸ, ਮੈਂ ਮੁੱਖ ਮੰਤਰੀ, ਮੈਂ ਕਾਂਗਰਸ, ਮੈਂ ਮੁੱਖ ਮੰਤਰੀ, ਉਹਦਾ ਕੰਮ ਕਰਤਾ 2022 ਤੋਂ ਲੈ ਕੇ, MLA ਵੀ ਨਹੀਂ ਛੱਡਿਆ 2022 ਤੋਂ ਲੈ ਕੇ ਅੱਜ ਤੱਕ, ਰਾਜਾ ਵੜਿੰਗ ਨਾਲ ਗੁੱਸਾ ਘਟਦਾ ਨਜ਼ਰ ਨਹੀਂ ਆ ਰਿਹਾ? ਬਾਈ ਜੀ, ਗੁੱਸਾ ਮੇਰਾ ਕਿਸੇ ਨਾਲ ਨਹੀਂ। ਤੁਸੀਂ ਕਦੇ ਵੀ ਦੇਖੋਗੇ ਮੇਰੀ ਕੋਈ ਇੰਟਰਵਿਊ ਵੇਖ ਲਓਗੇ ਜਾਂ ਮੇਰੀ ਕੋਈ ਸਪੀਚ ਦੇਖੋਗੇ, ਮੈਂ ਜਜ਼ਬਾਤੀ ਹੋ ਕੇ ਗੱਲ ਕਰਦਾ ਹਮੇਸ਼ਾ, ਠੀਕ ਹੈ। ਮੈਂ ਉਹਨਾਂ ਦੇ ਖਿਲਾਫ ਕਦੇ ਕੋਈ ਲਫ਼ਜ਼ ਨਹੀਂ ਬੋਲਿਆ, ਪਰ ਉਹਦੇ ਕਿਰਦਾਰ ਦੇ ਖਿਲਾਫ ਮੈਂ ਜ਼ਰੂਰ ਬੋਲਦਾ, ਕਿਉਂਕਿ ਗਿੱਦੜਬਾਹਾ ਵਾਲਿਆਂ ਨੂੰ ਦੱਸਣਾ ਜ਼ਰੂਰੀ ਆ ਕਿ ਅਸਲੀਅਤ ਕੀ ਹੈ ਇਸ ਇਨਸਾਨ ਦੀ। ਜੇ ਜੋ ਮੇਰੇ ਨਾਲ ਵਾਪਰੀਆਂ ਨੇ ਮੈਂ ਉਹ ਦੱਸਿਆਗਾ, ਜੋ ਪੰਜਾਬ ਦੇ ਨੌਜਵਾਨਾਂ ਨਾਲ ਵਾਪਰ ਰਿਹਾ ਮੈਂ ਉਹ ਦੱਸਿਆਗਾ, ਠੀਕ ਹੈ। ਅਤੇ ਵੇਖੋ, ਜੇ ਮੈਂ ਆ ਕੇ ਇੱਥੇ ਬੋਲਿਆ, ਦੱਸਿਆ, ਤਾਂ ਤੁਹਾਨੂੰ ਮਹਿਸੂਸ ਹੁੰਦਾ ਹੋਊ ਗਿੱਦੜਬਾਹੇ ਦੇ ਵਿੱਚ ਉਹ ਗੱਲ ਚੱਲੀ ਵੀ ਆ ਵੀ ਯਾਰ ਬਹੁਤ ਹੋ ਗਿਆ ਹੁਣ ਬੇਈਮਾਨਾ ਅਤੇ ਹੰਕਾਰ। ਹੁਣ ਇੱਕ ਸ਼ਰੀਫ ਬੰਦਾ ਜਿਹੜਾ ਪਰਮਾਤਮਾ ਨੂੰ ਮੰਨਣ ਵਾਲਾ ਗਾ, ਜਿਹੜਾ ਹਰ ਟਾਈਮ ਕਹਿੰਦਾ ਵੀ ਯਾਰ ਮੈਂ ਤੁਹਾਡਾ ਬੱਚਾ, ਤੁਹਾਡਾ ਪੁੱਤਾਂ ਗਿੱਦੜਬਾਹੇ ਵਾਲੇ, ਇੱਕ ਮੌਕਾ ਤਾਂ ਦਿਓ, ਹੱਕ ਬਣਦਾ ਸੀ, ਰੱਬ ਲੱਗਦੀ ਗੱਲ ਹੈ, ਅਤੇ ਲੋਕਾਂ ਨੇ ਐਕਸੈਪਟ ਕੀਤੀ ਹੈ ਗੱਲ। 3 ਵਾਰ ਰਾਜਾ ਵੜਿੰਗ ਇੱਥੋਂ ਜਿੱਤਦੇ ਆ, ਅਤੇ ਉਸ ਵੇਲੇ ਤੁਸੀਂ ਵੀ ਕਾਂਗਰਸ ਦਾ ਹਿੱਸਾ ਸੀਗੇ, ਜਾਣੀ ਇਉਂ ਲੱਗਦਾ ਕਿ ਉਸ ਦਾ ਮਲਾਲ ਕਦੇ ਐ ਹੁੰਦਾ ਕਿ ਨਹੀਂ ਯਾਰ ਗਲਤੀਆਂ ਹੋ ਗਈਆਂ, ਜਾਂ ਤੁਹਾਨੂੰ ਲੱਗਦਾ ਕਿ ਉਦੋਂ ਠੀਕ ਸੀ, ਉਸ ਤੋਂ ਬਾਅਦ ਸੁਭਾਅ ਦੇ ਵਿੱਚ ਫਰਕ ਆ ਗਿਆ ਰਾਜਾ ਵੜਿੰਗ ਦੇ, ਜਿਸ ਕਰਕੇ ਤੁਹਾਡੀ ਨਾਰਾਜ਼ ਬਾਈ? ਮੇਰਾ ਕੋਈ ਬਹੁਤਾ ਵਾਹ ਵਾਸਤਾ ਉਹਨਾਂ ਨਾਲ ਰਿਹਾ ਨਹੀਂਗਾ, ਠੀਕ ਹੈ, ਮੇਰਾ ਸਾਲ ਕੀ ਵਾਹ ਵਾਸਤਾ ਰਿਹਾ ਸੀਗਾ, ਠੀਕ ਹੈ, 2022 'ਚ ਜਦੋਂ ਇਹ ਕੈਬਨਿਟ ਮਿਨਿਸਟਰ ਬਣੇ ਨੇ, ਜਦੋਂ ਇਹਨਾਂ ਕੋਲ CM ਸਾਹਿਬ ਕੈਪਟਨ ਲਾਉਣ ਤੋਂ ਬਾਅਦ ਚੰਨੀ ਸਾਹਿਬ ਬਣੇ ਨੇ, ਉਦੋਂ ਮੇਰਾ ਵਾਹ ਵਾਸਤਾ ਰਿਹਾ ਹੈਗਾ। ਉਦੋਂ ਬਸ ਜਿੰਨਾ ਕਿ ਰਿਹਾ ਹੈਗਾ ਉਹਦਾ ਤਜਰਬਾ ਮੈਂ ਲੋਕਾਂ ਨਾਲ ਸਾਂਝਾ ਕਰਦਾ ਰਹਿਣਾ ਗਾ, ਉਹੀ ਮੇਰਾ ਵਾਹ ਵਾਸਤਾ, ਉਹੀ ਤਜਰਬਾ ਮੈਂ ਸਾਂਝਾ ਕਰਦਾ, ਉਹੀ ਗੱਲ ਆ ਕਿ ਮੈਂ ਗਿੱਦੜਬਾਹਾ ਵਾਸੀਆਂ ਨੂੰ ਆ ਕੇ ਦੱਸੀ ਆ ਕਿ ਭਾਈ ਅਸਲੀਅਤ ਇਹ ਆ, ਪੰਜਾਬ 'ਚ ਆ ਕਿਰਦਾਰ ਆ, ਜੇ ਤੁਸੀਂ ਇਸ ਵਾਰ ਵੀ ਨਹੀਂ ਪਹਿਚਾਣੋਗੇ ਤਾਂ ਆਪਾਂ ਬਹੁਤ ਪਿੱਛੇ ਰਹਿ ਜਾਵਾਂਗੇ, ਮਿਹਨਤ ਲੱਗੇ। ਜਸਪਿੰਦਰ ਸੀ ਮਾਨਸਾ ਤੋਂ, ਇਸ ਤੋਂ ਪਹਿਲਾਂ ਵੀ 2022 ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਜਦੋਂ ਟਿਕਟ ਮਿਲਦੀ ਹੈ ਤਾਂ ਜਸਪਿੰਦਰ ਪਾਰਟੀ ਦੇ ਨਾਲ ਨਾਰਾਜ਼ ਹੋਏ, ਅੱਜ ਕਹਿੰਦੇ ਨੇ ਕਿ ਗਿੱਦੜਬਾਹਾ ਦੇ ਲੋਕਾਂ ਨੇ ਉਹਨਾਂ ਦੀ ਮਿਹਨਤ ਨੂੰ ਰੰਗ ਲਾਇਆ।